सत श्री अकाल दोस्तों, एक नवा नोटिफिकेशन जारी होया दफ्तर डायरैक्टर सिक्ख्या भर्ती डायरैक्टोरेट पंजाब दे वल्लों। ठीक है जी, यह जिहड़ा जारी होया ये अज दी तरीक दे विच जारी होया 15/3/2023। ठीक है, तो देखो इहदा विशा की है कि लैक्चरार अते बैकलाग लैक्चरार दी भर्ती करन संबंधी वख-वख प्रीख्यावां जिहड़ियां ਉਹਦੇ ਬੇਸ ਦੇ ਉੱਤੇ ਇਹ ਨੋਟਿਸ ਜਾਰੀ ਹੋਇਆ। ਠੀਕ ਹੈ, ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਸਿੱਖਿਆ ਭਾਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 343 ਲੈਕਚਰਾਰ ਅਤੇ 55 ਬੈਕਲਾਗ ਲੈਕਚਰਾਰ ਦੀ ਭਰਤੀ ਕਰਨ ਸੰਬੰਧੀ ਮਿਤੀ 19/3/2023 ਅਤੇ 26/3/2023 ਨੂੰ ਲਈ ਜਾਣ ਵਾਲੀ ਪ੍ਰੀਖਿਆ ਕੁਝ ਤਕਨੀਕੀ ਕਾਰਨਾਂ ਕਾਰਨ ਅਗਲੇ ਹੁਕਮਾਂ ਤੱਕ ਸਥਗਿਤ ਕੀਤੀ ਜਾਂਦੀ ਹੈ। ਤਾਂ ਪੇਪਰ ਜਿਹੜਾ ਹੋਣਾ ਸੀਗਾ 19 ਮਾਰਚ 2023 ਨੂੰ ਅਤੇ 26 ਮਾਰਚ 2023 ਨੂੰ, ਠੀਕ ਹੈ ਜੀ, ਉਹ ਪੋਸਟਪੋਨ ਕੀਤਾ ਜਾਂਦਾ ਅਗਲੇ ਹੁਕਮਾਂ ਤੱਕ। ਲੈਕਚਰਾਰ ਦੀ ਭਰਤੀ ਸੀ ਜਿਸ ਦੇ ਵਿੱਚ 343 ਲੈਕਚਰਾਰ ਅਤੇ 55 ਬੈਕਲਾਗ ਲੈਕਚਰਾਰ ਦੀਆਂ ਪੋਸਟਾਂ ਸਨ। ਠੀਕ ਹੈ ਜੀ, ਅਤੇ ਇਹ ਜਿਹੜੀ ਹੈਗੀ ਆ ਮੁਲਤਵੀ ਕਰ ਦਿੱਤੀ ਗਈ, ਪੋਸਟਪੋਨ ਕਰ ਦਿੱਤੀ ਗਈ। ਠੀਕ ਹੈ, ਹੁਣ ਅੱਗੇ ਨਵੇਂ ਹੁਕਮ ਦੇਣਗੇ ਇਹ, ਉਹਦੇ ਵਿੱਚ ਨਵੀਆਂ ਤਰੀਕਾਂ ਦੇਣਗੇ, ਦੇਖੋ ਕਿਵੇਂ ਕਰਦੇ ਨੇ। ਹੁਣ ਜਾਂ ਤਾਂ ਜਿਸ ਹਿਸਾਬ ਨਾਲ ਇਹਨਾਂ ਦਾ ਪੰਜਾਬ ਦਾ ਟੈਟ ਹੋਇਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਗੜਬੜੀ ਦੇ ਅਸਾਰ ਹੋਣਗੇ, ਇਸ ਕਰਕੇ ਇਹਨਾਂ ਨੇ ਤਕਨੀਕੀ ਕਾਰਨਾਂ ਦਾ ਬਹਾਨਾ ਲਾ ਲਿਆ। ਠੀਕ ਹੈ, ਚਲੋ ਖੈਰ ਜੋ ਵੀ ਗੱਲਬਾਤ ਹੈ, ਮੇਨ ਹੁਣ ਇਹੀ ਮੁੱਕਦੀ ਹੈ ਕਿ ਫਿਲਹਾਲ ਦੀ ਘੜੀ ਇਹ ਪੇਪਰ ਜਿਹੜਾ ਹੈਗਾ ਉਹ ਪੋਸਟਪੋਨ ਹੋ ਗਿਆ। ਠੀਕ ਹੈ ਜੀ, ਚਲੋ ਦੇਖੋ ਅੱਗੇ ਕਦੋਂ ਲੈਂਦੇ ਨੇ ਔਰ ਕਦੋਂ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਕਰਦੇ ਨੇ। ਧੰਨਵਾਦ।